ਤੁਸੀਂ ਅੱਜ ਜਿਹੜੀ ਸਰਚ ਕਰ ਰਹੇ ਹੋ ਕੀ ਗੱਲਬਾਤ ਹੈਗੀ ਹੈ? ਇਹ ਸਰਚ ਮੁਹਿੰਮ 3 ਦਿਨ ਦਾ ਚੱਲ ਰਿਹਾ ਜੀ ਪੰਜਾਬ ਪੁਲਿਸ ਦਾ। ਇੱਕ ਤਾਂ ਤਿਉਹਾਰਾਂ ਦੇ ਸੀਜ਼ਨ ਆ, ਇੱਕ ਜਿਹੜਾ ਬਾਰਡਰ ਏਰੀਆ ਹਿਮਾਚਲ J&K ਦਾ ਨਾਲ ਲੱਗਦੇ ਪਿੰਡ ਵਾ ਜਾਂ ਕੋਈ ਡੇਰੇ ਆ ਪਿੰਡਾਂ ਤੋਂ ਬਾਹਰ ਬਾਹਰ ਆ ਦਰਿਆ ਦਾ ਵੀ ਦਰਿਆ ਨਾਲ ਲੱਗਦੇ ਆ ਸੰਵੇਦਨਸ਼ੀਲ ਇਲਾਕੇ ਆ, ਉਹਨਾਂ ਦੀ ਸਰਚ ਚੱਲ ਰਹੀ ਆ। ਇਹ 3 ਦਿਨ ਲਗਾਤਾਰ ਚੱਲੂਗੀ। ਇਸ ਤਰ੍ਹਾਂ ਕੋਈ ਮਾੜਾ ਅਨਸਰ ਕੋਈ ਗਤੀਵਿਧੀ ਨਾ ਕਰੇ, ਕੋਈ ਇੱਦਾਂ ਦੀ ਕੋਈ ਤੀਜੇ ਦਿਨਾਂ ਮਾਹੌਲ ਖਰਾਬ ਹੋਏ, ਇਸ ਕਰਕੇ ਇਹ ਸਰਚ ਮੁਹਿੰਮ ਚੱਲ ਰਿਹਾ ਹੈ। ਸਰ, ਜਿਸ ਤਰ੍ਹਾਂ ਹਾਈ ਅਲਰਟ ਚੱਲ ਰਿਹਾ ਹੈਗਾ ਔਰ ਇਨਪੁੱਟ ਵੀ ਜਿਹੜੀ ਮਿਲੀ ਹੈ ਜਿਸ ਤਰ੍ਹਾਂ ਕਿ ਪਠਾਨਕੋਟ, ਗੁਰਦਾਸਪੁਰ ਔਰ ਬਟਾਲਾ ਦੇ ਵਿੱਚ ਕੋਈ ਵੀ ਆਤੰਕੀ ਜਿਹੜੇ ਹੈ ਉਹ ਫਿਦਾਈ ਹਮਲਾ ਕਰਨ ਦੀ ਫਲਾਗ ਦੇ ਵਿੱਚ ਵੀ ਹੈਗੇ ਹੈ? ਹਾਂ, ਇਹਦੀ ਇਨਪੁੱਟ ਤਾਂ ਮਿਲੀ ਹੈ ਸਾਰੀਆਂ ਏਜੰਸੀਆਂ, ਕੇਂਦਰ ਏਜੰਸੀਆਂ ਨੂੰ ਵੀ, ਉੱਧਰੋਂ ਵੀ ਆਈਆਂ, ਸਾਡੀਆਂ ਆਈਆਂ, ਸਾਡੀ ਪੰਜਾਬ ਪੁਲਿਸ ਨੂੰ ਵੀ ਇਨਪੁੱਟ ਮਿਲੀ ਆ। ਇਸੇ ਮੁਹਿੰਮ ਦੇ ਨਾਲ ਹੀ ਇਹ ਸਰਚ ਲਾਈ ਗਈ ਆ ਕਿ ਕੋਈ ਵੀ ਮਾੜਾ ਅਨਸਰ ਕੋਈ ਵੀ ਕਿਸ ਤਰ੍ਹਾਂ ਕੋਈ ਹਰਕਤ ਨਾ ਕਰ ਸਕੇ, ਇਸ ਕਰਕੇ ਸਰਚ ਮੁਹਿੰਮ ਇਹ ਚਲਾਈ ਗਈ ਆ ਅਤੇ ਇਹ ਅਜੇ 2 ਦਿਨ ਹੋਰ ਜਾਰੀ ਰਹੂਗੀ। ਸਰ, ਜੇ ਸਵੇਰ ਦੇ ਤੁਸੀਂ ਲੱਗੇ ਤੋਂ ਸਰਚ ਕਰਦੇ ਪਏ ਹੋ, ਕੁਛ ਮਿਲਿਆ ਵੀ ਹੈ ਕਿਤੋਂ ਕੋਈ ਉਹੋ ਜਿਹੀ ਗੱਲਬਾਤ? ਸਵੇਰ ਤੋਂ ਅਸੀਂ ਲੱਗੇ ਅਜੇ ਤਾਂ ਨਹੀਂ ਕੋਈ ਸੀ ਇੱਦਾਂ ਦੀ ਕਿ ਅਜੇ ਕੋਈ ਸਾਨੂੰ ਗਤੀਵਿਧੀ ਲੱਗੀ ਕੋਈ, ਅਤੇ ਅੱਗੇ ਅਜੇ ਸਰਚ ਮੁਹਿੰਮ ਜਾਰੀ ਹੈ, ਵੇਖੋ ਅੱਗੇ ਕੀ ਹੋ ਸਕਦਾ, ਸ਼ਾਂਤੀਪੂਰਨ ਹੀ ਰਹੇ। ਜੇ ਕੁਛ ਨਾ ਕੁਛ ਮਾੜੀ ਕੋਈ ਬੰਦਾ ਮਿਲਿਆ ਅਸੀਂ ਕਰਾਂਗੇ, ਅਰੈਸਟ ਕਰਾਂਗੇ, ਜੋ ਵੀ ਉਹਦੀ ਪੁੱਛਗਿੱਛ ਕੀਤੀ ਜਾਊਗੀ। ਅਜੇ ਤੱਕ ਤਾਂ ਕੋਈ ਕਹਿੰਦੇ ਜੀ ਸ਼ਾਂਤੀ। ਕੀ ਨਾਂ ਤੁਹਾਡਾ ਅਤੇ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਇੱਥੇ ਰਹਿਣ? ਪਰੇਸ਼ਾਨੀ ਹੋਈ ਹੈ ਵੀ ਜਿਹੜਾ ਰਾਤੀ ਸੁਣਦੇ ਨਾ ਅਸੀਂ ਅਤੇ ਸਾਡੇ ਮੁੱਠੀ ਹੱਥ ਹੁੰਦੇ ਨੇ ਬੜੇ ਲਾਈ ਪੈਂਦੇ, ਰਾਤੀ ਰਾਤ ਬੜੇ ਔਖੇ ਕੱਟਣੇ ਆ ਅਸੀਂ। ਜਿਹੜੇ ਇਹਦੇ ਜਿਲ੍ਹਾ ਦਰਾਜ ਸੁੱਕਦਾ ਨਹੀਂ ਤੋਲਿਆ ਸੁੰਕਾ ਤਾਪ ਚੜ੍ਹੇ ਦਾ ਸਾਗੇ ਕੋਲਾ ਟੱਪੀ ਇਹਦੇ ਸਾਗੇ ਕੋਲਾ ਗੋਲੀ ਮਾਰ ਦੇਣੀ ਹੈ। ਇੱਥੇ ਰਹਿ ਘਰ ਨਾ ਸਾਰੇ, ਹੋਰ ਕੋਈ ਘਰ ਤਰੀਏ ਘਰ ਕੋਈ ਹੈ ਨਹੀਂ, ਰਾਤੀ ਸਾਰੀ ਰਾਤ ਨੇ ਸੌਣਾ ਹੁੰਦਾ ਤਾਂ ਇੱਥੇ ਆਰਮੀ ਪੁੱਜਣੀ ਚਾਹੀਦੀ ਹੈ। ਤੁਹਾਡੇ ਤੋਂ ਇਲਾਵਾ ਹੋਰ ਵੀ ਕਿਸੇ ਦੇ ਘਰ ਹੈ ਇੱਥੇ? ਨਹੀਂ, ਹੋਰ ਨਹੀਂ, ਉਹ ਘਰ ਨੇ ਗੁਜਰਾਂ ਦੇ ਘਰ ਹੈਗੇ ਨੇ, ਗੁਜਰਾਂ ਦੇ ਨੇ। ਜਿਹੜੇ ਪਾਰੋਂ ਜਿਹੜੇ ਕੋਈ ਬੰਦੇ ਆਉਂਦੇ ਨੇ ਤੁਹਾਡੇ ਕੋਲ ਆਉਂਦੇ ਕਿ ਗੁਜਰਾਂ ਕੋਲ ਆਉਂਦੇ ਨੇ? ਸਾਡੇ ਕੋਲ ਤਾਂ ਲਾਏ ਨਹੀਂ ਉਹ, ਸਾਡੇ ਇੱਧਰ ਸਾਡੇ ਕੋਲ ਨਹੀਂ ਆਇਆ, ਪਰ ਗੁਜਰਾਂ ਹੀ ਨਹੀਂ ਆਉਂਦੇ ਹੁਣ, ਅਸੀਂ ਖਿਲਾ ਨਹੀਂ ਸਕਦੇ। ਰਾਤੀ ਘੁੰਡ ਉੱਠੀ ਜਾ ਸਕੀ ਵੀ 2 ਵਜੇ ਟਕਾਏ ਦੇ ਸਿਰਾਂ ਆਉਣ ਸਿਰਾਂ ਸਾਡੇ ਨਾਲ। ਡਰ ਕਿਸ ਚੀਜ਼ ਦਾ ਲੱਗਦਾ ਤੁਹਾਨੂੰ? ਡਰ ਹੀ ਲੱਗਦਾ ਵੀ ਜਿਹੜੇ ਆਉਂਦੇ ਪਾਰੋਂ ਟੱਪੀ ਉੱਪਰ ਦਾ ਦਿੰਦਾ, ਡਰ ਲੱਗਦਾ ਕੁਛ ਲੈ ਉੱਠ ਪੀ ਸਕਦੇ ਨੇ। ਕੁਛ ਲੈ ਦਰਿਆ, ਹੁਣ ਤਾਂ ਦਰਿਆ ਭਰਿਆ ਤਾਂ ਜਿਹੜਾ ਰਾਤੀ ਸੁੱਕ ਜਾਂਦਾ, ਫਿਰ ਕੀ ਗੱਲ ਕਰਨੀ ਹੁੰਦੀ, ਫਿਰ ਕੁਛ ਦੇਖਣਾ ਹੁੰਦਾ। ਕਦੀ ਕੰਪਲੇਂਟ ਕੀਤੀ ਕਦੀ ਤੁਸੀਂ? ਅਸੀਂ ਕੀਤੀ ਨਹੀਂ, ਤੁਸੀਂ ਲੱਗੀ ਗੱਲ ਕਰਾਉਣਾ, ਕਦੀ ਕੀਤੀ ਨਹੀਂ।